ਹਾਂਜੀ ਬਾਈ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਵਾਲੇਕਮ ਬਾਈ ਕੀ ਹਾਲ ਚਾਲ ਆ ਮੁੰਡਿਓ ਠੀਕ ਹੋ ਤੇ ਆਪਣਾ ਡਰਾਈਵਰ ਜੱਟ ਬਾਈ ਦੇਖੋ ਤੁਸੀਂ ਚੈੱਕ ਕਰੋ ਬਾਈ ਕੀ ਕਰੀ ਜਾਂਦਾ ਮੀਂਹ ਤੋਂ ਬਚਦੇ ਬਚਦੇ ਅਸੀਂ ਬਾਈ ਇੱਥੇ ਥੱਲੇ ਖੜੇ ਸੀ ਹੁਣ ਫਿਰ ਮੀਂਹ 'ਚ ਭਿੱਜ ਗਏ ਪਰ ਬਾਈ ਅੱਜ ਆਪਣਾ ਡਰਾਈਵਰ ਜੱਟ ਵਾਪਸ ਆ ਗਿਆ ਮਾਈਕਲ ਜੱਟ ਦੇ ਘਰੋਂ ਆਪਾਂ ਉੱਥੇ ਆਪਣਾ ਟਰੈਕਟਰ ਲਾ ਜਾਂਦਾ ਬਾਈ ਅਤੇ ਅੱਜ ਹੀ ਹੁਣੇ ਹੀ ਆਪਾਂ ਪਹੁੰਚੇ ਹੀ ਹਾਂ ਬਾਈ ਇੱਥੇ ਆਪਣੇ ਪਿੰਡ ਵਿੱਚ ਜਿੱਦਾਂ ਤੁਸੀਂ ਦੇਖ ਸਕਦੇ ਆ ਪਿੰਡ ਦੇ ਕੋਲ ਹੀ ਇੱਥੇ ਮੈਂ ਦੁਕਾਨ 'ਤੇ ਰੁਕ ਗਿਆ ਸੀ ਕੱਪੜੇ ਕੁੱਪੜੇ ਲੈਣ ਲੱਗ ਗਿਆ ਸੀ ਅਤੇ ਆਪਣੇ ਡਰਾਈਵਰ ਜੱਟ ਨੂੰ ਆਹ ਚੈੱਕ ਕਰੋ ਆਹ ਕੱਛਾ ਲੈ ਕੇ ਦਿੱਤਾ ਅਤੇ ਇਹਦੇ ਸਿਰ 'ਤੇ ਪੱਟਾ ਜਿਹਾ ਪਵਾਤਾ ਬਾਈ ਸੋਹਣਾ ਲੱਗਦਾ ਨਾ ਪਰ ਮੌਸਮ ਖਰਾਬ ਹੋਇਆ ਪਿਆ ਬਾਈ ਇੱਧਰ ਦੇਖੋ ਤੁਸੀਂ ਇੱਧਰ ਪਿੰਡ ਵਿੱਚ ਆਪਣੇ ਵਿੱਚ ਮੀਂਹ ਜਿਹਾ ਪਈ ਜਾਂਦਾ ਅਤੇ ਅੱਜ ਜਿਹੜਾ ਆਪਣਾ ਕੰਮ ਆ ਬਾਈ ਮੈਂ ਆਪਣਾ ਮੋਟਰਸਾਈਕਲ ਵੀ ਲਿਆਉਂਦਾ ਸੀ ਬਾਈ ਸਪਲੈਂਡਰ ਵੀ ਲਿਆਉਂਦਾ ਸੀ ਪਰ ਅੱਜ ਮੈਂ ਸੋਚਿਆ ਸੀ ਘਰ ਜਾਣ ਤੋਂ ਪਹਿਲਾਂ ਬਾਈ ਘਰ ਤਾਂ ਚਲੋ ਆਪਾਂ ਜਾਣਾ ਹੀ ਆ ਕਿਉਂ ਨਾ ਕੰਡਾ ਕੱਢਿਆ ਜਾਵੇ ਬਾਈ ਆਪਣੇ ਫਰੈਂਕਲੀ ਜੱਟ ਦੇ ਬੁਲਟ ਦਾ ਕਿਉਂਕਿ ਪਿਛਲੇ ਐਪੀਸੋਡ ਵਿੱਚ ਮੈਂ ਤੁਹਾਨੂੰ ਕਿਹਾ ਸੀ ਨਾ ਮੁੰਡਿਓ ਕਿ ਆਪਾਂ ਉਹਦਾ ਬੁਲਟ ਨਾਲ ਬਈ ਟੋਚਨ ਮੁਕਾਬਲਾ ਜ਼ਰੂਰ ਕਰਾਂਗੇ ਸੋ ਅੱਜ ਉਹ ਟਾਈਮ ਆ ਚੁੱਕਿਆ ਪਰ ਆਪਾਂ ਹੁਣੇ ਹੁਣੇ ਪਹੁੰਚੇ ਹਾਂ ਪਰ ਆਪਣੇ ਨੂੰ ਇਹ ਨਹੀਂ ਪਤਾ ਫਰੈਂਕਲੀ ਜੱਟ ਮਤਲਬ ਵਿਹਲਾ ਹੋਊਗਾ ਕਿ ਨਹੀਂ ਸੋ ਦੇਖਦੇ ਹਾਂ ਪਰ ਓਏ ਮੈਂ ਕਿੱਧਰ ਮੋੜ ਲਈ ਮੈਨੂੰ ਲੱਗਿਆ ਰੋਡ ਸੀ ਪਰ ਬਾਈ ਆਪਣੀ ਸਕਾਰਪੀਓ ਬੜੇ ਟਾਈਮ ਬਾਅਦ ਚਲਾਈ ਯਾਰ ਘੈਂਟ ਆ ਨਾ ਸਕਾਰਪੀਓ ਮੈਂ ਕੱਢ ਲਈ ਸੀ ਮੈਂ ਕਿਹਾ ਭਈਆ ਨੂੰ ਕਿਹਾ ਸੀ ਮੈਂ ਕਿਹਾ ਜਿਹੜਾ ਲੈ ਕੇ ਗਿਆ ਸੀ ਭਈਆ ਬਾਈ ਸਾਨੂੰ ਦੱਸੋ ਸਾਨੂੰ ਚਾਹੀਦੀ ਆ ਅਸੀਂ ਵੀ ਗੇੜੀ ਗੂੜੀ ਮਾਰ ਲਈਏ ਸੋ ਮੈਂ ਇੱਧਰ ਹੀ ਆਇਆ ਸੀ ਥੋੜ੍ਹਾ ਜਿਹਾ ਕੰਮ ਇੱਥੇ ਮਕੈਨਿਕ ਕੋਲ ਅਤੇ ਆਹ ਚੈੱਕ ਕਰੋ ਜਿਹੜੇ ਮਕੈਨਿਕ ਕੋਲ ਮੈਂ ਆਇਆ ਸੀ ਨਾ ਇੱਥੋਂ ਫਿਰ ਮੈਂ ਉੱਧਰ ਕੱਪੜੇ ਲੈਣ ਤੁਰ ਗਿਆ ਸੀ ਉਹ ਚੈੱਕ ਕਰੋ ਬਾਈ ਇਹ ਮਕੈਨਿਕ ਦੀ ਗੱਡੀ ਆ ਵਾਲੀ ਜਿਹੜੀ ਆ ਖੜੀ ਆ ਇੱਥੇ ਆ ਜੀਪ ਜੀ ਅਰੇ ਬਾਈ ਯਾਰ ਇੰਨੀ ਸੋਹਣੀ ਮੈਂ ਗੱਡੀ ਮੋੜੀ ਇੰਨੀ ਸੋਹਣੀ ਮੈਂ ਗੱਡੀ ਮੋੜੀ ਯਾਰ ਇੱਦਾਂ ਕਾਹ ਤੂੰ ਸਕਾਰਪੀਓ ਪਰ ਸਕਾਰਪੀਓ ਨੂੰ ਨਹੀਂ ਕੁਛ ਹੋਇਆ ਬਾਈ ਅਰੇ ਬਾਈ ਬਾਬੇ ਸਿਰਾ ਬਾਬਿਓ ਚਲੋ ਬਾਈ ਜ਼ਿਆਦਾ ਟਾਈਮ ਨਹੀਂ ਮੈਂ ਤੁਹਾਨੂੰ ਗੱਡੀ ਦਿਖਾਉਣੀ ਸੀ ਉੱਧਰ ਚੈੱਕ ਕਰੋ ਪੀਲੇ ਕਲਰ ਦੀ ਸੋਹਣੀ ਹੈ ਨਾ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ ਬਾਈ ਮੈਂ ਸਭ ਤੋਂ ਪਹਿਲਾਂ ਆਪਣੇ ਘਰੇ ਜਾਂਦਾ ਘਰੋਂ ਆਪਾਂ ਚੱਕ ਕੇ ਨਾ ਆਪਣਾ ਸਪਲੈਂਡਰ ਵੈਸੇ ਮੀਂਹ ਪਈ ਜਾਂਦਾ ਯਾਰ ਕੀ ਪਤਾ ਆਪਣੇ ਘਰੇ ਜਾਣ ਦੇ ਤੱਕ ਮੀਂਹ ਹਟ ਜੇ ਜਾਂ ਆਪਾਂ 2-3 ਘੰਟੇ ਰੈਸਟ ਕਰ ਲਾਂਗੇ ਕਿਉਂਕਿ ਮੀਂਹ 'ਚ ਤੁਹਾਨੂੰ ਪਤਾ ਫਿਰ ਕੰਮ ਖਰਾਬ ਹੋ ਜਾਂਦਾ ਹੁੰਦਾ ਤਾਂ ਆਪਾਂ ਗੱਡੀ 'ਤੇ ਆਏ ਸੀ ਬਾਈ ਤੋ ਮੌਸਮ ਪਰ ਬੱਦਲਬਾਈ ਪੂਰੀ ਹੋਈ ਪਈ ਆ ਕਿਉਂਕਿ ਇਹ ਜਿਹੇ ਮੌਸਮ 'ਚ ਤਾਂ ਟੋਚਣਾ ਆਪਣਾ ਲੱਗਣਾ ਨਹੀਂ ਬਾਈ ਪਰ ਮੈਂ ਫਰੈਂਕਲੀ ਜੱਟ ਨੂੰ ਕਿਹਾ ਸੀ ਅੱਜ ਬਾਈ ਤੂੰ ਆਪਣਾ ਰੈਡੀ ਰਹੀ ਅਤੇ ਜੇ ਆਪਾਂ ਬਾਈ ਹਾਰ ਗਏ ਤਾਂ ਆਪਣਾ ਜਿਹੜਾ ਸਪਲੈਂਡਰ ਆ ਉਹ ਹੁਣੇ ਰੱਖ ਲੈਣਾ ਆਪਣੇ ਫਰੈਂਕਲੀ ਜੱਟ ਨੇ ਪਰ ਜੇ ਆਪਾਂ ਜਿੱਤ ਗਏ ਉਹਦਾ ਬੁਲਟ ਆ ਜਿਹੜਾ ਬਾਈ ਉਹ ਆਪਾਂ ਰੱਖ ਲੈਣਾ ਸੋ ਹੁਣ ਪਤਾ ਮੈਨੂੰ ਵੀ ਨਹੀਂ ਕੌਣ ਜਿੱਤੂਗਾ ਕੌਣ ਹਾਰੂਗਾ ਅਤੇ ਇਹ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਪਰ ਫਿਲਹਾਲ ਬਾਈ ਆਪਾਂ ਪਹੁੰਚ ਚੁੱਕੇ ਹਾਂ ਬੱਲੇ 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 ਟ੍ਰੇਨ ਟਰੂਨ ਤਾਂ ਨਹੀਂ ਆਉਂਦੀ ਜੇ ਤੂੰ ਪਹਿਲਾਂ ਕੀ ਟ੍ਰੇਨ ਆਵੇ ਇੱਥੋਂ ਬਾਈ ਨਿਕਲੀਏ ਪਰ ਸਕਾਰਪੀਓ ਬਾਈ ਘੈਂਟ ਲੱਗਦੀ ਓਏ ਸਕਾਰਪੀਓ ਦੀ ਤਾਂ ਪੂਰੀ ਮੋਡੀਫਿਕੇਸ਼ਨ ਕੀਤੀ ਆ ਨਾ ਆਪਾਂ ਜੇ ਕੁਛ ਹੋਰ ਕਰੋਣਾ ਕਰੂਣਾ ਹੋਇਆ ਇਹਦਾ ਤਾਂ ਕਮੈਂਟ ਥੱਲੇ ਖੁੱਲ੍ਹੇ ਆ ਬਾਈ ਦੱਸ ਦਿਓ ਉਲੇ ਓਏ ਟ੍ਰੇਨ ਆ ਗਈ ਬਾਈ ਫਾਟਕ ਬੰਦ ਨਹੀਂ ਕੀਤੇ ਇਹਨਾਂ ਨੇ ਹਿੱਲ ਗਏ ਬਾਈ ਹਿੱਲ ਗਏ ਚੁੰਬਰੋ ਹਿੱਲ ਗਏ ਟ੍ਰੇਨਾਂ ਇੱਦਾਂ ਹੀ ਆ ਗਈਆਂ ਬਾਈ ਫਾਟਕ ਬੰਦ ਨਹੀਂ ਕੀਤੇ ਕਹਿੰਦੇ ਮਰਨ ਦਿਓ ਬਾਈ ਜਿੰਨੇ ਮਰਦੇ ਕਰੋਲਾ ਹੀ ਆ ਮੁੰਡਿਓ ਪਰ ਬਾਈ ਹੁਣ ਆਪਾਂ ਆਪਣੇ ਮੇਨ ਮੁੱਦੇ 'ਤੇ ਆ ਜਾਈਏ ਲਾਉਂਦੇ ਹਾਂ ਸਕਾਰਪੀਓ ਨੂੰ ਇੱਥੇ ਆਪਾਂ ਆਪਣੇ ਘਰ ਅਤੇ ਮੈਂ ਤਾਂ ਵੇਟ ਕਰੂੰਗਾ ਯਾਰ ਮੀਂਹ ਮੂੰਹ ਹਟ ਜਾਵੇ ਨਾ ਅਤੇ ਫਿਰ ਆਪਾਂ ਜਾਂਦੇ ਹਾਂ ਆਪਣਾ ਮੋਟਰਸਾਈਕਲ ਚੱਕ ਕੇ ਸਿੱਧਾ ਫਰੈਂਕਲੀ ਜੱਟ ਕੋਲ ਉਹ ਯਾਰ ਆ ਮੋਟਰਸਾਈਕਲ ਇੱਥੇ ਕਿਹਨੇ ਲਾਇਆ ਪਿਆ ਸੜਕ ਦੇ ਵਿਚਾਲੇ ਹੀ ਲਾਇਆ ਪਿਆ ਬਾਬੇ ਉਹ ਮੋਟਰਸਾਈਕਲ ਆਪਣਾ ਰਹੇ ਹੋ ਯਾਰ ਇਹ ਕਿਹਦੀ ਗਲਤੀ ਆ ਬਾਈ ਇੱਥੇ ਮੈਂ ਤਾਂ ਅੰਦਰ ਲਾ ਕੇ ਗਿਆ ਸੀ ਕਿਹਨੇ ਲਾਇਆ ਬਾਈ ਅੰਦਰ ਕੋਈ ਅੰਦਰ ਕੁਛ ਖੜਾ ਅਰੇ ਬਾਈ ਅੰਦਰ ਤਾਂ ਆਪਣਾ ਨਾਟ ਗਿਆਰਾ ਖੜਾ ਮੁੰਡੇ ਉੱਪਰ ਆ ਚੈੱਕ ਕਰੋ ਏ ਆਪਣਾ ਮੋਟਰਸਾਈਕਲ ਇੱਥੇ ਭਜਾਈ ਮੋਟਰਸਾਈਕਲ ਇੱਥੇ ਸੜਕ ਦੇ ਵਿਚਾਲੇ ਕਿਹਨੇ ਲਾਇਆ ਪਿਆ ਯਾਰ ਔਖਾ ਮੁੰਡੇ ਉਹ ਜਿਹੜਾ ਬੰਦਾ ਨਹੀਂ ਫਿਰਦਾ ਜਿਹੜਾ ਇਹ ਪੂਰ ਪੱਕਾ ਇਹਦੇ ਕੰਮ ਹੀ ਆ ਬਾਈ ਇਹਨੂੰ ਮੈਂ ਦੱਸਦਾ ਰਹੂੰ ਔਖਾ ਇਹਦਾ ਆਹ ਦੇਖੋ ਕੀ ਕਰਦਾ ਪਿਆ ਯਾਰ ਮੋਟਰ 'ਤੇ ਬਾਈ ਚੈੱਕ ਕਰਿਓ ਉਹਦੇ ਇਹਦੀ ਮੈਂ ਗੋਲੀ ਨਹੀਂ ਮਾਰ ਸਕਦਾ ਕਿਉਂਕਿ ਆਪਣਾ ਬੰਦਾ ਹੈਗਾ ਆਹ ਦੇਖੋ ਕੰਨ 'ਚ ਇਹਦੇ 'ਚ ਪਾਣੀ ਪੈ ਗਿਆ ਯਾਰ ਬਾਈ ਲਓ ਵੀ ਮੈਂ 2 ਘੰਟੇ ਬਾਈ ਸੌਂਦਾ ਹੈਗਾ ਅਤੇ ਸੌਂ ਕੇ ਨਾ ਬਾਅਦ 'ਚੋਂ ਉੱਠਦਾ ਗਾ ਕਿਉਂਕਿ ਬਾਈ ਬਾਹਰ ਮੌਸਮ ਬਹੁਤ ਖਰਾਬ ਆ ਵੈਸੇ ਵੀ ਆਪਣਾ ਡਰਾਈਵਰ ਜੱਟ ਬਾਈ ਥੱਕਿਆ ਪਿਆ ਅਤੇ ਫਿਰ ਆਪਾਂ ਜਾਂਦੇ ਹਾਂ ਫਰੈਂਕਲੀ ਜੱਟ ਦੇ ਖੇਤ ਵਿੱਚ ਅਤੇ ਫਿਰ ਦੇਖਾਂਗੇ ਕੀ ਬਣਦਾ ਲਓ ਵੀ ਮੁੰਡੇ ਆਪਣਾ ਡਰਾਈਵਰ ਜੱਟ ਸੌਂ ਕੇ ਉੱਠ ਚੁੱਕਾ ਅਤੇ ਬਾਹਰ ਦੇਖਦੇ ਹਾਂ ਆਏ ਹਾਏ 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 ਬਾਹਰ ਮੌਸਮ ਤਾਂ ਨਿਖਰ ਗਿਆ ਬਾਈ ਪੂਰਾ ਸੋਹਣਾ ਸੋਹਣਾ ਵੈਦਰ ਹੋਇਆ ਪਿਆ ਚੈੱਕ ਕਰੋ ਕੋਈ ਬੱਦਲ ਨਹੀਂ
ਜਿਹੜੀ ਕਾਲੀ ਬੋਰੀ ਜੀ ਆਈ ਸੀ ਸਾਰੀ ਭੱਜ ਗਈ ਆ ਬੱਲੇ ਬੱਲੇ ਬੱਲੇ। ਪਰ ਆਪਣਾ ਝੋਟਾ ਕਾਇਮ ਆ ਨਾ ਬਈ, ਵਧੀਆ ਲੱਗਦਾ ਨਾ। ਇਹ 'ਚ ਹੋਰ ਤਾਂ ਕੋਈ ਆਪਾਂ ਗੱਲਬਾਤ ਕਰਾਉਣੀ, ਮਤਲਬ ਸਹੀ ਆ ਯਾਰ, ਸਿਰਾ ਘੈਂਟ ਆ ਘੈਂਟ ਬਾਬਿਓ। ਅਤੇ ਲਓ ਬਈ ਹੁਣ ਆਪਾਂ ਜਾਂਦੇ ਹਾਂ, ਕਿੱਧਰ ਜਾਣਾ? ਫਰੈਂਕਲੀ ਜੱਟ ਨੂੰ ਮਿਲ ਕੇ ਆਈਏ। ਫਰੈਂਕਲੀ ਜੱਟ ਨੂੰ ਕਹਿੰਦੇ ਆ, ਓਏ ਕਿੰਨਾ ਸੋਹਣਾ ਹੈਲਮਟ ਲਿਆ ਏ। ਫਰੈਂਕਲੀ ਜੱਟ ਨੂੰ ਕਹਿੰਦੇ ਆ ਕਿ ਬਾਈ ਆ ਜਾ ਤੂੰ, ਹੁਣ ਹੁਣ ਭੱਜੀ ਨਾ, ਕਿਉਂਕਿ ਡਰਾਈਵਰ ਜੱਟ ਆ ਚੁੱਕਾ ਮੇਰੇ ਵੀਰਿਓ। ਡਰਾਈਵਰ ਜੱਟ ਹੁਣ ਟੋਚਰ ਮੁਕਾਬਲਾ ਕਰਨ ਆ ਚੁੱਕਾ, ਅਤੇ ਹੁਣ ਮੇਰਾ ਬਾਈ ਭੱਜੀ ਨਾ। ਉਹ ਯਾਰ ਧੁੰਦ ਜੀ ਪਈ ਪਈ ਉਹ ਸੜਕਾਂ 'ਤੇ, ਪਰ ਆ ਮੋਟਰਸਾਈਕਲ ਬਾਈ ਘੈਂਟ ਆ ਯਾਰ। ਕੀਤੀ ਆ ਮੈਂ ਗੱਲ ਬਾਈ ਇੱਕ ਬੰਦੇ ਨਾਲ, ਸੋ ਪਾਕਿਸਤਾਨ ਵਾਲੇ ਬੰਦੇ ਨਾਲ ਕੀਤੀ ਇਹ ਗੱਲ। ਆਪਾਂ ਕੋਈ ਹੋਰ ਮੋਟਰਸਾਈਕਲ ਵੀ ਮੰਗਵਾਉਣਾ ਹੈਗਾ, ਉਹ ਤੁਸੀਂ ਗੈਸ ਹੀ ਕਰਿਓ ਹਜੇ ਕਿਹੜਾ ਹੋ ਸਕਦਾ। ਚੱਲਦੀ ਪਈ ਆ ਡਰਾਈਵਰ ਜੱਟ ਦੀ ਗੱਲ ਬਾਈ ਉਹਦੇ ਨਾਲ, ਪਰ ਫਿਲਹਾਲ ਬਾਈ ਆਪਾਂ ਦੇਖਦੇ ਹਾਂ ਫਰੈਂਕਲੀ ਜੱਟ ਇੱਥੇ ਆਪਣੇ ਨੂੰ ਮਿਲੂਗਾ ਕਿ ਨਹੀਂ, ਕਿਉਂਕਿ ਉਹ ਹੁੰਦਾ ਤਾਂ ਹੁੰਦਾ ਨਹੀਂ ਯਾਰ। ਹੋਰ ਨਾ ਪਾਸੇ ਕਹਿੰਦਾ ਤਾਂ ਸੀ ਇੱਥੇ ਆ, ਬਾਕੀ ਕੋਈ ਪਤਾ ਨਹੀਂ, ਬਾਕੀ ਪੁੱਛ ਲੈਂਦੇ ਇਹਨਾਂ ਦੇ ਬਈਆਂ ਤੋਂ ਬਾਈ। ਅਰੇ ਬਾਈ 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 ਸਪਲੈਂਡਰ ਆਏ ਹਾਏ, ਪਹਾੜ ਕਿੰਨੀ ਸੋਹਣੀ ਲੱਗਦੀ ਅੱਗੇ, ਇਹ ਬੰਦੇ ਤੋਂ ਪੁੱਛ ਲੈਂਦੇ। ਉਹ ਚੋਪਰਾ ਫਰੈਂਕਲੀ ਜੱਟ ਆਪਣਾ ਇੱਥੇ ਆ? ਨਹੀਂ 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 ਬਾਈ, ਫਰੈਂਕਲੀ ਜੱਟ ਕਹਿੰਦਾ ਇੱਥੇ ਨਹੀਂ ਗਾ, ਫਰੈਂਕਲੀ ਜੱਟ ਤੇਰਾ ਵੇਟ ਕਰੀ ਜਾਂਦਾ ਪੁਰਾਣੇ ਏਅਰਪੋਰਟ 'ਚ। ਹੁਣ ਪੁਰਾਣਾ ਏਅਰਪੋਰਟ ਤੁਹਾਨੂੰ ਦਿਖਾਉਂਦੇ ਹਾਂ ਕਿਹੜਾ ਹੈਗਾ, ਉੱਥੇ ਆਪਣਾ ਵੇਟ ਕਰਦਾ ਪਿਆ ਬਾਈ, ਕਿਉਂਕਿ ਉਹਨੂੰ ਪਤਾ ਹੈਗਾ ਇੱਥੇ ਖੇਤ 'ਚ ਨਹੀਂ ਮੈਂ ਲਾਉਣਾ। ਖੇਤ 'ਚ ਤਾਂ ਬਾਈ ਆਪਾਂ ਉਹਨੂੰ ਹਰਾਉਂਦੇ ਹੀ ਹੁੰਦੇ ਹਾਂ ਜਦੋਂ ਵੀ ਆਪਾਂ ਉਹਦੇ ਖੇਤ 'ਚ ਟੋਚਰ ਕੀਤਾ, ਪਰ ਉਹਨੇ ਮਾਮੇ ਹੀਰ ਦੇ ਨੇ ਉਹਨਾਂ ਜਿੱਥੇ ਆ ਜਹਾਜ਼ਾਂ ਨਹੀਂ ਉੱਡਿਆ ਫਿਰਦਾ ਉੱਪਰ ਬਾਈ, ਉਹ ਦੇਖਦਾ ਤੁਹਾਨੂੰ ਪੀਲਾ ਜਿਹਾ ਜਹਾਜ਼, ਇਹਨੂੰ ਫੋਲੋ ਕਰਨਾ ਪੈਣਾ। ਰੋਜ਼ ਆਪਾਂ ਸ਼ੋਰਟਕੱਟ ਹੀ ਪਾ ਦਈਏ, ਡਰਾਈਵਰ ਡੈਗਣਾ ਪਈ ਮੇਰਾ ਭਰਾ। ਉਹ ਦੇਖੋ ਜਿੱਥੇ ਉਹ ਜਹਾਜ਼ ਉਤਰੂਗਾ ਬਾਈ ਉੱਥੇ ਜਾਣਾ ਆਪਾਂ। ਅਰੇ ਬਾਈ 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 ਡਰਾਈਵਰ ਡੈਗਣਾ ਪਈ ਬਾਈ, ਪਾ ਤਾਂ ਤੂੰ ਲਿਆ ਖੇਤਾਂ ਵਿੱਚ। ਅਰੇ ਬਾਈ 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 ਓਏ ਹੋਏ ਮੁੰਡੋ ਕੱਸੀ ਵਿੱਚ ਦੀ ਪਾ ਦਈਏ। ਆਹ ਦੇਖੋ ਗੰਦੇ ਨਾਲੇ ਬਾਈ ਇੱਥੇ ਦੀ ਵੀ ਹੈਗੇ ਆ, ਪਰ ਬਾਹਰਲੇ ਨਾਲਿਆਂ ਦਾ ਇਹ ਫਰਕ ਹੈ ਪੱਕੇ ਆ ਬਾਈ, ਚੈੱਕ ਕਰੋ। ਪਰ ਪਾਣੀ ਉਨਾ ਨਹੀਂ ਵਗਦਾ ਜਿੰਨਾ ਇੰਡੀਆ 'ਚ ਵਗਦਾ ਹੁੰਦਾ, ਪਰ ਸਹੀ ਗੱਲਬਾਤ। ਪਰ ਕੋਈ ਚੱਕਰ ਨਹੀਂ ਬਾਈ, ਆਪਾਂ ਪਹੁੰਚਣ ਵਾਲੇ ਹੀ ਹਾਂ ਫਿਲਹਾਲ। ਇੱਥੇ ਯਾਰ ਮੈਂ ਵੀ ਭੁੱਲਿਆ ਪਿਆ ਗਾ ਵੈਸੇ। ਆਹ ਦੇਖੋ ਆਹ ਸਾਰੇ ਜਿਹੜੇ ਇੱਥੇ ਬਾਈ ਏਰੀਏ ਆ, ਮੂਸੇ ਵਾਲੇ ਦੀ ਹਵੇਲੀ ਵੀ ਇੱਥੇ ਹੀ ਆ ਗਈ ਆ। ਬੱਲੇ ਨਹੀਂ ਰੀਸਾ, ਮੂਸੇ ਵਾਲੇ ਬਾਈ ਨੂੰ ਵੀ ਮਿਲਣਾ ਆਪਾਂ ਯਾਰ, ਕਾਫੀ ਟਾਈਮ ਹੋ ਗਿਆ ਮਿਲੇ ਨਹੀਂ। ਲਓ ਵੀ ਮੁੰਡਿਓ ਆਪਾਂ ਮੈਨੂੰ ਲੱਗਦਾ ਪਹੁੰਚਣ ਵਾਲੇ ਹੀ ਹਾਂ। ਆਹ ਦੇਖੋ ਆ ਗਿਆ ਏਅਰਪੋਰਟ ਅੱਗੇ ਜੇ ਤੁਹਾਨੂੰ ਦਿਖਦਾ ਪਿਆ, ਆਹ ਏਅਰਪੋਰਟ ਹੀ ਆ, ਆਪਾਂ ਸ਼ੋਰਟਕੱਟ ਪਾ ਦੇਣਾ। ਅਤੇ ਇੱਥੇ ਉਹਨੇ ਕਿਹਾ ਗਾ ਇੱਥੇ ਆ ਜਾਈ ਬਾਈ, ਪਤਾ ਨਹੀਂ ਹੁਣ ਉਹ ਆਪਣੇ ਮੋਟਰਸਾਈਕਲ ਨੂੰ ਮੋਡੀਫਾਈ ਕਰਨ ਗਿਆ ਹੋਊਗਾ ਜਾਂ ਕੁਛ ਹੋਰ, ਪਰ ਫਿਲਹਾਲ ਆਪਾਂ ਵੇਟ ਕਰਦੇ ਹਾਂ ਇੱਥੇ। ਆਹ ਚੈੱਕ ਕਰੋ ਆਪਾਂ ਸਪਲੈਂਡਰ ਨੂੰ ਇੱਥੇ ਲਾਉਂਦੇ ਹਾਂ। ਹੁਣ ਫਰੈਂਕਲੀ ਜੱਟ ਦੀ ਬਾਈ ਦੇਖਦੇ ਹਾਂ ਫਰੈਂਕਲੀ ਜੱਟ ਕਿੱਧਰ ਫੇਰਦਾ, ਆਪਣਾ ਤਾਂ ਝੋਟਾ ਕਹਿਣ ਢਾਣਾ ਬਈ। ਪਰ ਮੁੰਡੋ ਤੁਸੀਂ ਦੱਸੋ ਮੈਨੂੰ ਜਲਦੀ ਜਲਦੀ, ਹਜੇ ਆਪਣਾ ਟੋਚਰ ਮੁਕਾਬਲਾ ਪਿਆ ਨਹੀਂ, ਤੁਹਾਨੂੰ ਕੀ ਲੱਗਦਾ ਕਿਹੜਾ ਮੋਟਰਸਾਈਕਲ ਵਿਨ ਕਰੂ, ਆਪਣਾ ਸਪਲੈਂਡਰ ਕਿ ਫਰੈਂਕਲੀ ਜੱਟ ਦਾ ਬੁਲਟ? ਫਰੈਂਕਲੀ ਜੱਟ ਨੂੰ ਦੇਖਦੇ ਹਾਂ ਬਾਈ ਕਿੱਥੇ ਆ, ਆ ਜਾਓ ਦੇਖਦੇ। ਅਤੇ ਲਓ ਵੀ ਮੁੰਡੇ ਆਏ ਹਾਏ ਹੈ ਆ ਖੜਾ ਬਾਈ ਫਰੈਂਕਲੀ, ਓਏ ਰੈਡੀ ਹੋ ਜਾ ਭਰਾਵਾ ਰੈਡੀ ਹੋ ਜਾ ਬਾਈ। ਲਓ ਬਾਈ ਫਰੈਂਕਲੀ ਜੱਟ ਆਪਣਾ ਬਾਈ ਕਾਲਾ ਝੋਟਾ ਲੈ ਕੇ ਖੜਾ ਬਾਈ। ਓਏ ਮੁੰਡੇ ਆਹ ਮੋਟਰਸਾਈਕਲ ਜੇ ਆਪਣੇ ਕੋਲ ਹੁੰਦਾ ਨਾ, ਇਹਦੇ ਆਪਾਂ ਇੰਨੇ ਸੋਹਣੇ ਟਾਇਰ ਟੂਰ ਪਵਾਉਣੇ ਸੀ ਨਾ, ਗੱਲਾਂ ਹੀ ਛੱਡੋ। ਫਰੈਂਕਲੀ ਕਿੱਦਾਂ ਸੈੱਟ ਆ? ਅਰੇ ਬਾਈ 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 ਚੱਲ ਰੈਡੀ ਹੋ ਜਾ ਫਿਰ, ਸਾਡਾ ਵੀ ਉੱਧਰ ਖੜਾ ਝੋਟਾ, ਅਤੇ ਲੈ ਜਾ ਇਹਨੂੰ ਸੈਂਟਰ ਜਿਹੇ 'ਚ ਲੈ ਜਾ, ਅਤੇ ਅਸੀਂ ਵੀ ਆਉਂਦੇ ਹਾਂ ਬਾਈ। ਪਰ ਮੁੰਡਿਓ ਤੁਸੀਂ ਦੱਸੋ ਬਾਈ, ਬੁਲਟ ਦੇ ਫੈਨ ਜ਼ਿਆਦਾ ਆਪਾਂ ਦੇਖਣਾ ਬਾਈ ਕਮੈਂਟ ਸੈਕਸ਼ਨ 'ਚ, ਬੁਲਟ ਦੇ ਫੈਨ ਜ਼ਿਆਦਾ ਕਿ ਆਪਣੇ ਸਪਲੈਂਡਰ? ਰੋਕ ਜਾਓ, ਸਪਲੈਂਡਰ ਨੂੰ ਨਾ ਮੈਂ ਬੁਲਟ ਦੇ ਕੋਲ ਲਾਵਾਂ। ਹਾਏ 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 ਯਾਰ ਇਹ ਵਿਚਾਰਾ ਸਾਈਕਲ ਜਿਹਾ ਹੀ ਲੱਗਦਾ ਹੈ ਨਾ ਸਪਲੈਂਡਰ, ਵੈਸੇ ਜੇ ਦੇਖਿਆ ਜਾਵੇ ਬੁਲਟ ਦੇ ਅੱਗੇ ਸਾਈਕਲ ਜਿਹਾ ਲੱਗਦਾ ਪਤਲਾ ਜਿਹਾ। ਰੋਕ ਜਾਓ ਇੱਥੇ ਲਾਉਂਦੇ ਹਾਂ ਬਾਈ, ਆਪਣਾ ਸਪਲੈਂਡਰ ਵੀ ਨਹੀਂ ਘੱਟ ਕਿਸੇ ਨਾਲੋਂ। ਆਹ ਚੈੱਕ ਕਰੋ ਬਾਈ, ਹਾਏ ਹਾਏ ਹੁਣ ਦੱਸੋ ਬਾਈ, ਹੁਣ ਦੱਸੋ ਮੁੰਡਿਓ ਤੁਸੀਂ ਕਿਹਦੇ ਹੱਲ ਆ? ਸਪਲੈਂਡਰ ਉਹ ਆਪਣਾ ਇਹ ਕੀ ਹੋ ਗਿਆ, ਟੁੱਟ ਗਿਆ ਸਪਲੈਂਡਰ ਕਿ ਆਪਣਾ ਇੱਧਰ 350 ਸੀਸੀ ਬੁਲਟ? ਕੀ ਲੱਗਦਾ ਮੁੰਡਿਓ ਕੀ ਬਣੂਗਾ ਬਾਈ, ਕੀ ਬਣੂਗਾ? ਚਲੋ ਫਰੈਂਕਲੀ ਜੱਟ ਆ ਜੀ ਮੇਰਾ ਭਰਾ, ਤੁਰ ਪਾ ਆ ਜਾ ਨਾਲ ਹੀ ਬਹਿ ਜਾ, ਉੱਥੇ ਤੱਕ ਜਾਂਦੇ ਹਾਂ ਅਤੇ ਫਿਰ ਦੇਖਦੇ ਹਾਂ ਕੀ ਬਣਦਾ। ਆ ਜਾ ਹੈਲਮਟ ਲੈ ਲੈਂਦੇ ਸਾਨੂੰ। ਲਓ ਬਾਈ ਫਰੈਂਕਲੀ ਜੱਟ ਵੀ ਆਪਣਾ ਬੁਲਟ ਸਟਾਰਟ ਕਰਨ ਲੱਗਾ, ਓਹੋ ਪਟਾਕੇ ਮਾਰਦਾ ਉਹਦਾ ਬੁਲਟ। ਚੱਲ ਆ ਜਾ ਫਰੈਂਕਲੀ ਜੱਟ, ਹਿੱਲ ਗਿਆ ਬਾਈ ਫਰੈਂਕਲੀ, ਆਉਂਦਾ ਨਹੀਂ ਬਾਈ, ਕੀ ਹੋ ਗਿਆ ਪਹਿਲਾਂ ਹੀ ਡਰ ਗਿਆ ਤੂੰ?
जॉन डियर की वो भी स्वराज की फिरदा भाई मैनू यही नहीं समझ लगी फ्रेंकली जट नू की हो गया। रुक जा फ्रेंकली जट रुक जा भाई असी तेरा गेयर गूर पवा के दे दें जे तेथों गेयर नहीं पिया वेट वेट कर मेरा भरा लो भाई फ्रेंकली जट नू पता नहीं की होया पिया तुर पिया भाई तुर पिया चल 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 हैलमेट ला के भज गया भाई इनू की हो गया हुण वो किधर लै गया भाई ये तो मैनू लगता हजे एयरपोर्ट की गेड़ी लाने चला गया पर कोई ना भाई तेरे पिछे ही हाँ तेनू अच जान नहीं देंगे फ्रेंकली हाँ भाई हजे मैनू लगता अपना मोटरसाइकिल गर्म करता पाया फ्रेंकली जट पर देखते हैं करता की है भाई पर टोचन तो अच पऊगा फ्रेंकली टेंशन ना ले शाबाश फ्रेंकली जट ने भाई मैनू लगता कुछ ना कुछ खाधा चैक करो करी पता नहीं की आता जो ये साथ डर जी गल कोई होर आ हाँ हाँ भजाया भजाया इन्हें वैरी गुड फ्रेंकली रेडी हो जा भाई रोकला इतने रोकला यार वैरी गुड लो बे मुंडे हूँ मैं बैग न करके ना ओहो हैलमेट ले लिया उन्हें पावा भाई रस्सी पावा पहला आ लो पै गई रस्सी मुंडे रोजा हजे ना स्टार्ट करी हजे कुछ नहीं असं मनना ही नहीं हजे लो बे मुंडे मैनू किधर न करन दो मैनू इधर न करन दो आ रस्सी पै चुकी है बुलेट नाल भाई पहली बारी देखोगे तुसी अपना स्पलेंडर वर्सस बुलेट लै भाई फ्रेंकली आया रोज स्पलेंडर तो पूरा जोर लाता पाया बई पर आप देखना यह आ मैनू लगता ना उन्हें हजे की नहीं रेस रूस रोज फ्रेंकली मजाक तो नहीं करता पाया बई तो रेस ही नहीं दिता हजे तू मेरी पूरी रेस दिती है बई रुक जो उतों तक लेके जाना मैं उत्थे जाके ना इनू कहने तू माड़ा रख है ना कम कर अपना हजे साढ़े को भी चीज़ है बई आ भी चीज़ है अजे साढ़े को रोज़ हूँ आ जा भाई हूँ आ जा ले चल हूँ मैं इधर न कर दा चल हूँ आ जा भाई बुलेट कंबी जाता जे देखता तू बुलेट कंबी जाता वह फ्रेंकली जट का मेरी रेस पूरी दिती है नौस लाई आ फ्रेंकली रहन दे भरावा रहन दे तू रहन दे भाई रहन दे नहीं है गलबात रुक रुक गाइस मेरे हैंड ब्रेक लाए हूँ फ्रेंकली आ जा हूँ उदे जोर लगे पे ना भाई हूँ मेरा चेक करो 1-2 रेस देन लगे आप 1-2-3 आ लै गया भाई धूके आ लै गए धूके आ लै गया धूके अपना ड्राइवर जट आ लै गया धूके भाई मान दे मुड़ो फ्रेंकली जट रहन दे भाई रहन दे हुण जोर लाउण नूं रहन दे मेरा भरा गाइस केड़ा कहिंदा सी कि बुलेट जितूगा भाई आ देखो रोज मैं तुम हम इधर जाना मैं नौस नहीं लाता चलो मैं नौस नहीं लाता चेक करो मैं नौस नहीं लाता हूँ नॉर्मल अपना मतलब नॉर्मल जाने पे आप भाई कितने यार किधर गए यार रोज रोज चल चल लास्ट ट्राई है भाई हूँ देख हूँ मैं रेस भी दिती है पूरी रेस दिती है भाई बट जो बुलेट रुकता भाई उदो अपने वाला रेस खिंच लैंदा पर जो रेस खिंचता फिर अपने वाले तो नहीं खिंची जाती ये चक्कर आ पर गल पता की है चलो तुहानूं पता ही है बुलेट च ज़्यादा पावर है ये तो चलो कलोलां करदे सी फ्रेंडली अपना पर जिहड़ी आली चीज़ पवाई सी ना ये चीज़ देखो इहनूं की करदी इहदे बुलेट नूं इह याद रखूगा सारी उम्र जा अपना फ्रें ड्राइवर जट भी याद रखूगा बई ये तो टोचन नहीं देखा होना तुम हम चेक करो आयो रब्बा ओ पिया बई मुदे मुंह ओए साडा मोटरसाइकिल दे दे फ्रेंकली आ रहे हैं हम भाई आ रहे मुंडो करता नुकसान पर बई गवाही तुसी देनी है तुसी दसना केड़ा मोटरसाइकिल जितया केड़ा नहीं पर ਉਹੀ ਨਾ ਜੇ ਸਾਡੇ ਵਾਲਾ ਧੱਕਾ ਜਿਹਾ ਲਾ ਕੇ ਤੁਰਦਾ ਸੀ ਪਰ ਆਹ ਦੇਖੋ ਪਰ ਇਹ ਬਈ ਡਿੱਗਿਆ ਨਹੀਂ ਉਹ ਬੁਲਟ ਤੋਂ ਮੰਨ ਗਿਆ ਫਰੈਂਕਲੀ ਤੈਨੂੰ ਨਹੀਂ ਰੀਸਾਂ ਸਿਰਾ ਕਰਾਤਾ ਮੁੰਡਿਓ
ਪਰ ਆਈ ਹੋਪ ਮੁੰਡਿਓ ਤੁਹਾਨੂੰ ਅੱਜ ਦਾ ਆਪਣਾ ਕਲੋਲਾਂ ਵਾਲਾ ਇਹ ਵਧੀਆ ਲੱਗਿਆ ਹੋਊਗਾ। ਪਰ ਤੁਸੀਂ ਦੱਸਣਾ ਬਾਈ ਆਪਾਂ ਆਪਣੇ ਫਿਰ ਕੀ ਨਾ ਡਰਾਈਵਰ ਜੱਟ ਨੂੰ ਬੁਲਟ ਦਵਾਈਏ, ਫਰੈਂਕਲੀ ਜੱਟ ਵਾਲਾ ਬੁਲਟ ਦਵਾਈਏ ਕਿ ਨਹੀਂ, ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਹੁਣ, ਕਿਉਂਕਿ ਇਹਦਾ ਨਹੀਂ ਲੈਂਦੇ ਆਪਾਂ ਯਾਰ, ਇਹਦਾ ਨਹੀਂ ਲੈਂਦੇ ਵਿਚਾਰੇ ਦਾ, ਇਹਨੂੰ ਇਹੀ ਰੱਖਦੇ ਹਾਂ ਆਪਾਂ, ਕੋਈ ਹੋਰ ਬੁਲਟ ਲੈ ਕੇ ਨਾ ਮੋਡੀਫਾਈ ਕਰ ਲਾਂਗੇ। ਪਰ ਇਹ ਤੁਸੀਂ ਦੱਸਣਾ ਮੁੰਡੇ ਮੈਨੂੰ, ਅਤੇ ਆਹਲੇ ਆਪਣੇ ਟੋਚਨ ਮੁਕਾਬਲੇ ਦਾ ਜੇਤੂ ਪਲੇਅਰ ਦਾ ਵੀ ਦੱਸਣਾ ਕੌਣ ਜਿੱਤਿਆ ਕੌਣ ਨਹੀਂ ਤੁਹਾਡੇ ਹਿਸਾਬ ਨਾਲ। ਨੋਸ ਚਲਾਉਣੀ ਨਹੀਂ ਆਉਂਦੀ ਡਰਾਈਵਰ ਜੱਟ ਨੂੰ, ਅਤੇ ਲਓ ਵੀ ਮੁੰਡੇ ਇਹ ਸੀ ਅੱਜ ਦਾ ਆਪਣਾ ਟੋਚਨ ਮੁਕਾਬਲਾ, ਲੈ ਜਾ ਘਰੇ ਲੈ ਜਾ ਯਾਰ, ਲੈ ਜਾ ਯਾਰ ਫਰੈਂਕਲੀ ਲੈ ਜਾ ਯਾਰ, ਅਸੀਂ ਕੀ ਕਰੀਏ ਲੈ ਜਾ ਯਾਰ। ਅਤੇ ਵਧੀਆ ਲੱਗੀ ਮੁੰਡੇ ਵੀਡੀਓ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਮਿਲਦੇ ਹਾਂ ਤੁਹਾਨੂੰ ਅਗਲੇ ਐਪੀਸੋਡ ਵਿੱਚ। ਰੱਬ ਰੱਖਾ ਯਾਰ, ਵਾਹ ਕਿੱਧਰ ਫਸਾ ਲਿਆ ਹੁਣ ਤੂੰ, ਕੁਛ ਨਹੀਂ ਹਾਲ ਬਾਈ, ਕੁਛ ਨਹੀਂ ਹਾਲ ਬਾਈ, ਆ ਦੇਖੋ।